सत श्रीकाल जी, स्वागत है। रोजाना टाइम च पंजाब दा माहौल इन्ना ज़्यादा खराब हो गया है कि लुटेरे शरेआम सूबे च घूम रहे। उत्थे ही पुलिस पूरी कोशिश कर रही है कि इन्हां नूं रोकिया जावे, तो उत्थे ही पुलिस प्रशासन एक नौजवान नूं 32 बोर ते 5 कारतूसा समेत गिरफ्तार कर लए ते 11/3/23 नूं ईएसआई अश्विनी कुमार समेत कर्मचारी जिहड़ा भैड़े व्यक्तियों की चैकिंग दे संबंध च इलाके च सीगा जी, उहनूं मुखबर खास ने अचानक दित्ती ਅਤੇ ਅਮਨਦੀਪ ਏਰੀਅਸ ਅਮਨਾ ਸਨ ਆਫ ਲੈਂਬਰ ਸਿੰਘ ਵਾਸੀ ਪਿੰਡ ਤਲਵਣ ਦਾ ਰਹਿਣ ਵਾਲਾ, ਇਹ ਜਿਹੜਾ ਇਹਦੇ ਖਿਲਾਫ਼ ਪਹਿਲਾਂ 5 ਮੁਕੱਦਮੇ ਦਰਜ ਆ, ਜਿਹੜਾ ਇਹ ਜ਼ਮਾਨਤ 'ਤੇ ਆਇਆ। ਇਹ ਹੁਣ ਵੀ ਪਾਣੀ ਵਾਲੀ ਟੈਂਕੀ ਦੇ ਕੋਲ ਤਲਵਣ ਖੜ੍ਹਾ, ਜਿਹਦੇ ਕੋਲ ਏਅਰ ਪਿਸਟਲ ਆ ਅਤੇ ਇਹਦੇ ਕੋਲ ਹੋ ਸਕਦਾ ਰੌਂਦ ਵੀ ਹੋਣ, ਜਿਹਦੇ ਸੰਬੰਧ 'ਚ ਇਹ ਅਸੀਂ ਅਸ਼ਵਨੀ ਕੁਮਾਰ ਸਮੇਤ ਕਰਮਚਾਰੀ ਉੱਥੇ ਮੌਕੇ 'ਤੇ ਪੁੱਜਾ, ਜਿਹੜਾ ਇਹਨੂੰ ਚੈੱਕ ਕੀਤਾ ਸਮੇਤ ਕਰਮਚਾਰੀਆਂ ਵੱਲੋਂ। ਚੈੱਕ ਕਰਨ ਤੋਂ ਇਹਦੀ ਜਿਹੜੀ ਆ ਕਮੀਜ਼ ਦੇ ਥੱਲੇ ਪੈਂਟ ਦੇ ਡੱਬ ਵਿੱਚ ਏਅਰ ਪਿਸਟਲ ਸੀਗਾ, ਅਤੇ ਇਹਨੇ ਜੇਬ ਦੇ ਵਿੱਚ 32 ਬੋਰ ਦੀਆਂ ਜਿਹੜੀਆਂ 5 ਗੋਲੀਆਂ ਜਿਹਨੂੰ ਕਾਰਤੂਸ ਕਹਿ ਦਿੰਦੇ ਆ, ਉਹ ਇਹਦੇ ਕੋਲ ਬਰਾਮਦ ਹੋਏ ਆ। ਜਿਹਦੇ ਸੰਬੰਧ 'ਚ ਮੁਕੱਦਮਾ ਨੰਬਰ 30 ਮਿਤੀ 11/3/23 ਅੰਡਰ ਸੈਕਸ਼ਨ 25/56 ਆਰਮੀ ਐਕਟ PS ਬਿੱਲ ਦਾ ਦਰਜ ਰਜਿਸਟਰ ਕਰਕੇ ਨੇ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਜੀ, ਪੇਸ਼ ਕਰਕੇ ਇਹਦੀ ਅਗਲੀ ਤਫਤੀਸ਼ ਡਗਾਈ ਨਾਲ ਹੀ ਕਰ ਰਹੇ ਨੇ। ਸਰ, ਇਹ ਕਿੱਥੋਂ ਆਈਆਂ ਜਾਂ ਕਿੱਥੇ ਲੈ ਕੇ ਜਾ ਰਿਹਾ ਜਾਂ ਕਿਹੜੀ ਦੁਰਘਟਨਾ ਨੂੰ ਇਲਜ਼ਾਮ ਦੇਣ ਜਾ ਰਿਹਾ ਸੀ? ਜਾਂ ਦੇਖੋ, ਕ੍ਰਿਮੀਨਲ ਕਿਸਮ ਦਾ ਵਿਅਕਤੀ ਆ, ਜ਼ਮਾਨਤ 'ਤੇ ਆਇਆ ਜੀ। ਇੱਕ ਇਹਦਾ ਬ੍ਰਦਰ ਆ ਜੀ ਆਲਰੇਡੀ ਗਗਨਦੀਪ ਸਿੰਘ, ਉਹ ਆਲਰੇਡੀ ਜੇਲ੍ਹ ਦੇ ਵਿੱਚ, ਉਹ ਵੀ 25/59 ਆਰਮੀ ਐਕਟ ਦਾ ਮੁਕੱਦਮਾ ਉਹਦੇ ਬਲੌਰ ਥਾਣੇ ਦੇ ਵਿੱਚ 3 ਮਹੀਨੇ ਪਹਿਲਾਂ ਦਰਜ ਹੋਇਆ ਸੀ। ਇਹ ਜਿਹੜਾ ਮੀਨਜ਼ ਕਾਫੀ ਚਿਰ ਤੋਂ ਇਹ ਲੜਾਈਆਂ ਝਗੜੇ ਵਗੈਰਾ ਦੇ ਇਹਦੇ ਖਿਲਾਫ਼ 5 ਮੁਕੱਦਮੇ ਦਰਜ ਹੈ ਇਹਦੇ ਅਮਨਦੀਪ ਦੇ ਖਿਲਾਫ਼। ਇਹ ਜਦੋਂ ਕੋਈ ਇੱਧਰ ਸੀਗਾ ਕਿਸਾਨਾਂ ਦੇ ਅੰਦੋਲਨ ਚੱਲਦਾ ਸੀ, ਉਦੋਂ ਇਹਨੇ ਆਪਣੇ ਕੋਲ ਲੈ ਕੇ ਜਿਹੜੇ ਰਾਉਂਡ ਰੱਖੇ ਹੋਏ ਸੀਗੇ। ਇਹਨਾਂ ਕੋਈ ਹੋਰ ਵੀ ਸਾਥੀ ਆ ਕੋਈ? ਮਤਲਬ ਨਹੀਂ, ਇਹ ਇਕੱਲਾ ਹੀ ਹੈ ਜੀ, ਇਕੱਲਾ ਹੀ। ਠੀਕ ਹੈ, ਹਾਂਜੀ। ਜਾਣਕਾਰੀ ਦਿੰਦੇ ਹੋਏ ASI ਦਾ ਕਹਿਣਾ ਹੈ ਕਿ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਜਿਸਦੇ ਕੋਲ ਇੱਕ 32 ਬੋਰ ਰਿਵਾਲਵਰ ਅਤੇ 5 ਕਾਰਤੂਸ ਬਰਾਮਦ ਕੀਤੇ ਨੇ, ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਨੌਜਵਾਨ ਉੱਤੇ ਪਹਿਲਾਂ ਵੀ 5 ਮੁਕੱਦਮੇ ਦਰਜ ਨੇ ਅਤੇ ਉਸਦੇ ਸਖਾ ਭਰਾ ਵੀ ਜੇਲ੍ਹ 'ਚ ਫਸਿਆ ਹੋਇਆ ਹੈ।